ਅੱਖੀਆਂ ਦੇ ਦੀਵੇ ਬਾਲ ਕੇ ਰਾਵਾਂ ਸਜਾ ਲਵਾਂ ਲਵਾਂ ਅੱਖੀਆਂ ਦੇ ਦੀਵੇ ਬਾਲ ਕੇ ਰਾਵਾਂ ਸਜਾ ਲਵਾਂ ਲਵਾਂ ਜੀ ਚਾਹੁੰਦਾ ਏ ਤੈਨੂੰ ਮੈਂ ਬੇਲੀ ਬਣਾ ਲਵਾਂ ਲਵਾਂ ਜੀ ਚਾਹੁੰਦਾ ਏ ਤੈਨੂੰ ਮੈਂ ਬੇਲੀ ਬਣਾ ਲਵਾਂ ਲਵਾਂ ਰੋਜ਼ੇ ਦੇ ਗਿਰਦ ਘੁੰਮਦਿਆ ਸੋਨੇ ਕਬੂਤਰਾ ਜੀ ਚਾਹੁੰਦਾ ਏ ਤੈਨੂੰ ਮੈਂ ਬੇਲੀ ਬਣਾ ਲਵਾਂ ਲਵਾਂ ਅੱਖੀਆਂ ਦੇ ਦੀਵੇ ਬਾਲ ਕੇ ਰਾਵਾਂ ਸਜਾ ਲਵਾਂ ਲਵਾਂ ਔਜ਼ੁ ਬਿੱਲਾਹਿ ਮਿਨ ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ ਮੇਰੇ ਦੋਸਤੋ ਅਤੇ ਮੇਰੇ ਸਲਾਮੀ ਭੈਣ ਭਰਾਓ ਅੱਜ ਤੁਹਾਨੂੰ ਮੈਂ ਇੱਕ ਐਸਾ ਪਿਆਰਾ ਵਜ਼ੀਫਾ ਤੁਹਾਡੇ ਕਹਿਣ ਦੇ ਦੱਸਣ ਲੱਗਾ ਜਿਹੜਾ ਮੈਂ ਵੀ ਪੜ੍ਹਨਾ ਵਾਂ ਸਰਕਾਰ ਨੇ ਵੀ ਫਰਮਾਇਆ ਹੈ ਪੜ੍ਹਨਾ ਸੇ ਇਸਮੇ ਆਜ਼ਮ ਵੀ ਹੈਗਾ ਉਹ ਅਤੇ ਹਰ ਮੁਸ਼ਕਲ ਦਾ ਹੱਲ ਵੀ ਹੈਗਾ ਜੀ ਜੈਸੀ ਦੁਨੀਆਂ ਦੀ ਪਰੇਸ਼ਾਨੀ ਹੋਵੇ ਕੋਈ ਦੁਸ਼ਮਣ ਦਾ ਖੌਫ ਹੋਵੇ ਕੋਈ ਦੁਸ਼ਮਣ ਤੰਗ ਕਰਦਾ ਹੋਵੇ ਆਪਣੇ ਆਫਿਸ ਜਾਂਦੇ ਤੁਹਾਨੂੰ ਆਪਣੇ ਅਫਸਰ ਦਾ ਖੌਫ ਹੋਵੇ ਤੁਹਾਨੂੰ ਮਹਿਸੂਸ ਹੋਵੇ ਵੀ ਮੇਰੇ ਅਫਸਰ ਮੇਰੇ ਨਾਲ ਸਹੀ ਤਾਮਨ ਨਹੀਂ ਕਰ ਰਿਹਾ ਮੈਨੂੰ ਕੋਈ ਐਸਾ ਗਲਤ ਅਲਫਾਜ਼ਾਂ ਨਾਲ ਯਾਨੀ ਕਿ ਝਾੜਾ ਨਾ ਪਾ ਦੇਵੇ ਐਸਾ ਤੁਹਾਡੇ ਜੋ ਖੌਫ ਹੋਵੇ ਅਤੇ ਫਿਰ ਦੋਸਤੋ ਤੁਸੀਂ ਇਹ ਵਜ਼ੀਫਾ ਜਿਸ ਤਰ੍ਹਾਂ ਤੁਹਾਨੂੰ ਦੱਸਾਂਗਾ ਤੁਸੀਂ ਇਸ ਤਰ੍ਹਾਂ ਕਰਕੇ ਜਾਣਾ ਹੈ ਇਹਦੇ ਨਾਲ ਮੁਸ਼ਕਲਾਂ ਤੁਹਾਡੀਆਂ ਤਾਂ ਹੱਲ ਹੋਣੀਆਂ ਹੋਣੀਆਂ ਨੇ ਦੁਨੀਆਂ ਦੀ ਮੁਸ਼ਕਲ ਜੈਸੀ ਤੁਹਾਨੂੰ ਮੁਸ਼ਕਲ ਹੋਈ ਤੁਹਾਡੀ ਟਲੇਗੀ ਐਸਾ ਪਿਆਰਾ ਇਸਮੇ ਆਜ਼ਮ ਹੈਗਾ ਹੈ ਸਰਕਾਰ ਨੇ ਫਰਮਾਇਆ ਇਸਮੇ ਆਜ਼ਮ ਹੈਗਾ ਮੇਰੇ ਦੋਸਤੋ ਅਤੇ ਮੇਰੇ ਸਲਾਮੀ ਭੈਣ ਭਰਾਓ ਤੁਹਾਨੂੰ ਮੈਂ ਦੱਸਿਆ ਜੈਸੀ ਪਰੇਸ਼ਾਨੀ ਹੋਵੇ ਕੋਈ ਮੁਸ਼ਕਲ ਨਾ ਟਲਦੀ ਹੋਵੇ ਕੋਈ ਅੱਲਾਹ ਤਾਲਾ ਕੋਲੋਂ ਫਰਮਾਇਸ਼ ਪੂਰੀ ਕਰਾਉਣੀ ਹੋਵੇ ਤੁਹਾਡੀ ਪੂਰੀ ਹੋਏਗੀ 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 ਤੁਸੀਂ ਇਹਨੂੰ ਜਿਸ ਤਰ੍ਹਾਂ ਤੁਹਾਨੂੰ ਮੈਂ ਤਰੀਕਾ ਦੱਸਣਾ ਤੁਸੀਂ ਉਸ ਟਾਈਮ ਪੜ੍ਹੋਗੇ ਅਤੇ ਫਿਰ ਇਨਸ਼ਾਅੱਲਾ ਤਾਲਾ ਚਾਹ ਇਨਸ਼ਾਅੱਲਾ ਤਾਲਾ ਚਾਹ ਇਹਦੇ ਨਾਲ ਐਸੇ ਐਸੇ ਕੰਮ ਹੁੰਦੇ ਨੇ ਕੋਈ ਤਬਾਦਲਾ ਕਰਾਉਣਾ ਚਾਹੁੰਦਾ ਆਪਣਾ ਤੁਹਾਨੂੰ ਮੈਂ ਦੱਸਿਆ ਇਹਦੇ ਨਾਲ ਤਬਾਦਲੇ ਵੀ ਹੁੰਦੇ ਨੇ ਤਬਾਦਲਾ ਰੁਕਵਾਉਣਾ ਚਾਹੁੰਦਾ ਤਬਾਦਲਾ ਰੁਕਦਾ ਵੀ ਹੈਗਾ ਜੀ ਐਸਾ ਪਿਆਰਾ ਪਾਵਰ ਵਾਲਾ ਵਜ਼ੀਫਾ ਹੈ ਅਤੇ ਅੱਗੇ ਵੀ ਦੋਸਤੋ ਤੁਹਾਨੂੰ ਮੈਂ ਦੱਸਿਆ ਲੇਕਿਨ ਫਰਮਾਇਸ਼ ਤੁਹਾਡੀ ਤੋਂ ਤੁਸੀਂ ਕਹਿੰਦੇ ਬਾਬਾ ਜੀ ਨੇ ਸਾਨੂੰ ਤੁਸੀਂ ਸਹੀ ਤਰੀਕੇ ਨਾਲ ਦੱਸੋ ਕਿੰਨੀ ਜ਼ਿਆਦਾ ਪੜ੍ਹਾਈ ਹੋਣੀ ਚਾਹੀਦੀ ਹੈ ਅੱਜ ਤੁਹਾਨੂੰ ਮੈਂ ਉਹ ਤਰੀਕਾ ਦੱਸਣ ਲੱਗਾ ਵਾਂ ਅਤੇ ਉਹ ਤੁਸੀਂ ਇਸ ਤਰ੍ਹਾਂ ਪੜ੍ਹੋਗੇ ਅਤੇ ਫਿਰ ਤੁਸੀਂ ਇਨਸ਼ਾਅੱਲਾ ਨਾ ਤੁਹਾਨੂੰ ਕੋਈ ਦੁਸ਼ਮਣ ਦਾ ਖੌਫ ਹੋਏਗਾ ਅਗਰ ਕੋਈ ਕੋਈ ਬਿਮਾਰ ਬੰਦਾ ਉਹਨੂੰ ਦਮ ਕਰਕੇ ਪਾਣੀ ਦਮ ਕਰਕੇ ਪੀਵੋਗੇ ਉਹ ਵੀ ਤੁਹਾਨੂੰ ਸ਼ਿਫਾ ਮਿਲੇਗੀ ਤੋ ਫਿਰ ਮੇਰੇ ਦੋਸਤੋ ਅਤੇ ਮੇਰੇ ਭੈਣ ਭਰਾ ਦੱਸਣ ਪਹਿਲੇ ਤੁਹਾਨੂੰ ਮੈਂ ਦੱਸਣ ਲੱਗਾ ਲੋ ਨਦੀਮ ਸਾਹਿਬ ਤੁਸੀਂ ਮੈਨੂੰ ਇਸਤਗਾਰੇ ਦਾ ਕਹਿ ਰਹੇ ਸੀ ਬਾਬਾ ਜੀ ਸਾਨੂੰ ਤੁਸੀਂ ਸਾਹਮਣੇ ਕਰਕੇ ਦਿਖਾਉਣਾ ਲੋ ਤੁਹਾਡੇ ਸਾਹਮਣੇ ਮੈਂ ਤਸਵੀਰ ਇਸਤਗਾਰਾ ਕਰ ਲੱਗਾ ਨਦੀਮ ਸਾਹਿਬ ਇਹ ਦੇਖ ਲੈਣਾ ਤੁਹਾਡੇ ਸਾਹਮਣੇ ਉਹ ਕੀ ਗਾੜੀ ਤਸਵੀਰ ਗਾੜੀ ਤੁਹਾਨੂੰ ਇਹ ਵੀ ਅੰਦਾਜ਼ਾ ਹੋ ਜਾਏਗਾ ਔਰ ਮੇਰੇ ਦੋਸਤੋ ਮੇਰੀ ਕੋਸ਼ਿਸ਼ ਹੈਗੀ ਹੈ ਅਨਕਰੀਬ ਜਿਹੜਾ ਨਾ ਇੱਕ ਘੰਟਾ ਤੁਹਾਡੇ ਲਈ ਮੈਂ ਲਾਈਵ ਜਿਹੜਾ ਨਾ ਇਸਤਗਾਰੇ ਦਾ ਪ੍ਰੋਗਰਾਮ ਸ਼ੁਰੂ ਕਰਨ ਲੱਗਾ ਵਾਂ ਅਗਰ ਤੁਸੀਂ ਕਰਵਾਉਣਾ ਚਾਹੁੰਦੇ ਹੋ ਲਾਈਫ ਦੇਖਣਾ ਚਾਹੁੰਦੇ ਹੋ ਕਰਨਾ ਚਾਹੁੰਦੇ ਹੋ ਇਸ ਤੁਹਾਡਾ ਕਰਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਕਮੈਂਟ ਕਰਕੇ ਜ਼ਰੂਰ ਲਿਖ ਕੇ ਦੱਸਣਾ ਬਾਬਾ ਜੀ ਠੀਕ ਹੈ ਤੁਸੀਂ ਇਹ ਕਰੋ ਅਗਰ ਤੁਹਾਨੂੰ ਚਾਹੁੰਦੇ ਹੋ ਤੁਸੀਂ ਘਰ ਬੈਠੇ ਬਣਾ ਇਸਤਗਾਰਾ ਲਾਈਫ ਸਾਹਮਣੇ ਦੇਖੋ ਅਤੇ ਫਿਰ ਤੁਸੀਂ ਦੋਸਤੋ ਇਹਨੂੰ ਕਮੈਂਟ ਵੀ ਕਰਨਾ ਹੈ ਇਸ ਨਾਲ ਇਸ ਵੀਡੀਓ ਲਾਈਕ ਵੀ ਕਰਨਾ ਸ਼ੇਅਰ ਵੀ ਕਰਨਾ ਜੇ ਅਤੇ ਫਿਰ ਮੈਂ ਤੁਹਾਡੇ ਲਈ ਇੱਕ ਘੰਟਾ ਬੈਠਾ ਕਰਾਂਗਾ ਅਤੇ ਇਨਸ਼ਾਅੱਲਾ ਤੁਹਾਨੂੰ ਸਾਹਮਣੇ ਆਹਮਣੇ ਸਾਹਮਣੇ ਬਹਿ ਕੇ ਇਸਤਗਾਰਾ ਤੁਹਾਡਾ ਮੇਰਾ ਹੋਏ ਕਰੇ ਗੱਲਬਾਤ ਹੋਏ ਕਰੇ ਲੋ ਨਦੀਮ ਸਾਹਿਬ ਉਹ ਤੁਹਾਡਾ ਮੈਂ ਇਸਤਗਾਰਾ ਕਰਨ ਲੱਗਾ ਪਹਿਲੇ ਤੁਸੀਂ ਦੇਖ ਲਵੋ ਤੁਹਾਨੂੰ ਹਾਂ ਜਾ ਰਿਹਾ ਜਵਾਬ ਨਾ ਜਾ ਰਿਹਾ ਇਹ ਤੁਸੀਂ ਇਹ ਤਸਵੀਰ ਮੈਂ ਤੁਹਾਡੇ ਸਾਹਮਣੇ ਕਰ ਦਿੱਤੀ ਹੈ ਇਹ ਆ ਰਿਹਾ ਇਨਕਾਰ ਕਰਨ ਮੈਂ ਦੱਸ ਜਿਹੜਾ ਤੁਸੀਂ ਮੈਨੂੰ ਕਿਹਾ ਜੇ ਮੈਂ ਹੁਣ ਦੱਸਣਾ ਨਹੀਂ ਚਾਹੁੰਦਾ ਤੁਸੀਂ ਕਿਹੜੀ ਗੱਲ ਆ ਅਤੇ ਕਿਹੜੀ ਲੇਕਿਨ ਇਹ ਤੁਸੀਂ ਦੇਖ ਲਓ ਇਹ ਮੈਂ ਤੁਹਾਨੂੰ ਦੱਸਣਾ ਕਰਕੇ ਤੁਹਾਨੂੰ ਅੰਦਾਜ਼ਾ ਹੋ ਜਾਵੇ ਨਦੀਮ ਸਾਹਿਬ ਇਹ ਦੇਖ ਲਓ ਨਦੀਮ ਮੇਰੇ ਭਰਾ ਇਹ ਵੇਖ ਲਿਆ ਇਸ਼ਤਗਾਰਾ ਦੇਖ ਰਿਹਾ
ਉਹ ਕਹਿ ਰਿਹਾ ਵੀ ਕੰਮ ਮੁਸ਼ਕਲ ਨਹੀਂ ਹੋਣਾ, ਕੰਮ ਅੱਛੀ ਤਰੀਕੇ ਨਾਲ ਦੇਖ ਲਓ। ਨਦੀਮ ਭਾਈ ਤੈਨੂੰ ਮੈਂ ਕਹਿ ਰਿਹਾ ਵੀ ਇਹ ਇਸ਼ਤਿਹਾਰਾ ਜਿਹੜਾ ਕਰਵਾਇਆ ਤੂੰ ਇਹ ਦੇਖ ਲੈ। ਤੈਨੂੰ ਮੈਂ ਤੈਨੂੰ ਫੋਨ 'ਤੇ ਕਹਿ ਚੁੱਕਾ ਨਹੀਂ, ਮੈਨੂੰ ਬਾਬਾ ਜੀ ਸਾਹਮਣੇ ਮੈਨੂੰ ਕਰਕੇ ਦੱਸ ਦਿਓ, ਇਹ ਲਓ ਇਹ ਦੇਖ ਲਓ ਤਾਰ ਹੋ ਰਿਹਾ ਤਸਵੀਰ ਦਾ, ਠੀਕ ਹੈ ਜੀ। ਹੈਲੋ ਸੋਹਣਿਓ, ਬਸ ਜੀ ਹੁਣ ਸਮਝ ਆ ਗਈ ਜੇ ਨਦੀਮ ਭਾਈ, ਤੁਹਾਨੂੰ ਇਸ਼ਤਿਹਾਰਾ ਤੁਹਾਨੂੰ ਕਰਕੇ ਦੱਸ ਦਿੱਤਾ। ਇਸ ਤਰ੍ਹਾਂ ਹੀ ਮੇਰੇ ਦੋਸਤੋ ਜਿਹਨੇ ਵੀ ਇਸ਼ਤਿਹਾਰਾ ਕਰਾਉਣਾ ਹੋਵੇ, ਆਪਣਾ ਨਾਂ, ਆਪਣੀ ਵਾਦਾ ਦਾ ਨਾਂ ਔਰ ਸ਼ਹਿਰ ਦਾ ਨਾਂ ਔਰ ਮੂਰਖ ਦਾ ਨਾਂ, ਇਹ ਤੁਸੀਂ ਦੱਸਣਾ ਕਰਨਾ। ਤੁਹਾਡਾ ਇਸ਼ਤਿਹਾਰਾ ਅਗਲੇ ਮਿੰਟ ਬਾਅਦ ਤੁਹਾਨੂੰ ਤੁਹਾਡੇ ਕੋਲ ਦਾ ਪੈਗਾਮ ਆ ਜਾਏਗਾ। ਲਓ ਫਿਰ ਮੇਰੇ ਦੋਸਤੋ, ਤੁਹਾਨੂੰ ਮੈਂ ਜਿਹੜੀ ਅਸਲ ਮੌਜੂ ਲਾਈ ਹੈ, ਜਿਸ ਮਕਸਦ ਲਈ ਮੈਂ ਵੀਡੀਓ ਤਿਆਰ ਕਰਦੀ ਹੈ, ਤੁਹਾਡੇ ਕਹਿਣ 'ਤੇ ਦੋਸਤੋ, ਕਿਸੇ ਦੁਸ਼ਮਣ ਡਰ ਹੋਵੇ, ਕੋਈ ਪਰੇਸ਼ਾਨੀ ਆਈਏ, ਕਿਸੇ ਕਿਸਮ ਦੀ ਪਰੇਸ਼ਾਨੀ ਹੋਵੇ, ਫਿਰ ਦੋਸਤੋ ਤੁਸੀਂ ਬੇਫਿਕਰ ਹੋ ਕੇ ਜਿਹਨੂੰ ਤੁਸੀਂ ਸੁਬਹਾ ਫਜਰ ਤੋਂ ਪਹਿਲੇ ਉੱਠੋ, ਉੱਠ ਕੇ ਤਹੱਜਦ ਔਰ ਨਫਲ ਨਮਾਜ਼ ਪੜ੍ਹੋ, ਪੜ੍ਹ ਕੇ 7 ਦਫ਼ਾ 3 ਦਫ਼ਾ 11 ਦਫ਼ਾ ਦਰੂਦ ਸ਼ਰੀਫ ਪੜ੍ਹੋ। ਇੱਕ ਤਸਵੀਰ ਜੋ ਛੋਟਾ ਪੜ੍ਹਨਾ, ਇੱਕ ਤਸਵੀਰ ਕੱਢ ਲਓ, ਪੜ੍ਹਨ ਤੋਂ ਬਾਅਦ 1000 ਵਾਲੀ ਤਸਵੀਰ ਲਵੋ, ਜੇ ਹੈ ਜੇ ਨਹੀਂ ਤਾਂ ਫਿਰ 100 ਵਾਲੀ ਤਸਵੀਰ ਲੈ ਲਓ ਕੋਲ। 1000 ਦਫ਼ਾ ਪੜ੍ਹਨਾ ਤੁਸੀਂ ਲਾ ਇਲਾਹਾ ਇਲਾ ਅੰਤਾ ਸੁਬਹਾਨਕਾ ਇੰਨੀ ਕੁੰਤੁ ਮਿਨਜ਼ ਜ਼ਾਲਿਮੀਨ। ਮੇਰੇ ਦੋਸਤੋ, ਐਤ ਕਰੀਮਾ ਜੀ, ਐਤ ਕਰੀਮਾ, ਜਦੋਂ ਕੋਈ ਮੁਸ਼ਕਲ 'ਚ ਫਸ ਜਾਓ, ਕਿਸੇ ਦੁਸ਼ਮਣ ਦਾ ਖੌਫ ਹੋਵੇ ਤੁਹਾਨੂੰ, ਕਿਸੇ ਅਫਸਰ ਦਾ ਡਰ ਹੋਵੇ, ਕੋਈ ਤਬਾਦਲਾ ਕਰਾਉਣਾ ਹੋਵੇ, ਤਬਾਦਲਾ ਰੁਕਵਾਉਣਾ ਹੋਵੇ, ਕਿਸੇ ਕਿਸਮ ਦੀ ਪਰੇਸ਼ਾਨੀ ਦੂਰ ਨਾ ਹੁੰਦੀ ਹੋਵੇ, ਮੇਰੇ ਦੋਸਤੋ, ਇਹਨੂੰ ਤੁਸੀਂ ਸੁਬਹਾ ਦੀ ਨਮਾਜ਼, ਯਾਨੀ ਕਿ ਫਜਰ ਦੀ ਨਮਾਜ਼ ਤੋਂ ਪਹਿਲੇ, ਅਸਲ ਫਾਇਦਾ ਤੁਹਾਨੂੰ ਉਸ ਟਾਈਮ ਹੋਣਾ, ਫਾਇਦਾ ਹਰ ਵਕਤ ਹੁੰਦਾ, 24 ਘੰਟੇ ਅੱਲਾਹ ਤਾਲਾ ਦੇ ਦਰਵਾਜ਼ੇ ਖੁੱਲ੍ਹੇ ਨੇ, ਲੇਕਿਨ ਉਹ ਇੱਕ ਟਾਈਮ ਐਸਾ ਉਸ ਟਾਈਮ ਅੱਲਾਹ ਹੁੰਦੇ ਹੋ, ਅੱਲਾਹ ਹੁੰਦਾ ਤਾਂ ਤੁਸੀਂ ਹੁੰਦੇ ਹੋ, ਤਾਂ ਬਸ ਤਹੱਜਦ ਦਾ ਟਾਈਮ ਹੁੰਦਾ, ਬਸ ਅੱਲਾਹ ਤਾਲਾ ਬਿਲਕੁਲ ਨੇੜੇ ਹੋ ਕੇ ਆਹ ਵਾਅਦਾ ਮਾਰਦਾ ਹੁੰਦਾ। ਅਤੇ ਕਿਸੇ ਸਿਆਣੇ ਕਿਹਾ ਨਾ ਕਿ ਪਿਛਲੀ ਰਾਤੀ ਰਹਿਮਤ ਰੱਬ ਦੀ, ਦੋਸਤੋ ਸੁਬਹਾਨ ਅੱਲਾ ਕਿਆ ਕਹਿਣ ਵਾਲੇ ਨੇ ਫਰਮਾਇਆ, ਉਹਨੇ ਕਿਹਾ ਪਿਛਲੀ ਰਾਤੀ ਉਹ ਰਹਿਮਤ ਰੱਬ ਦੀ ਅਤੇ ਕਰੇ ਬੁਲੰਦ ਆਵਾਜ਼ਾਂ ਅਤੇ ਬਖਸ਼ਣ ਬਖਸ਼ਿਸ਼ ਮੰਗਣ ਵਾਲਿਆਂ ਕਾਰਨ ਅਤੇ ਮੀਆਂ ਖੁੱਲ੍ਹਾ ਹੈ ਦਰਵਾਜ਼ਾ। ਮੇਰੇ ਦੋਸਤੋ, ਉਸ ਟਾਈਮ ਐਵੇਂ ਸਮਾਨ ਦੇ ਰਸਤੇ ਖੁੱਲ੍ਹੇ ਹੁੰਦੇ ਨੇ, ਬਿਲਕੁਲ ਦਰਵਾਜ਼ੇ ਖੁੱਲ੍ਹੇ ਹੁੰਦੇ ਨੇ, ਰੱਬ ਆਹ ਵਾਅਦਾ ਮਾਰ ਦਿੰਦਾ, ਕਹਿੰਦੇ ਹੈ ਮੇਰਾ ਬੰਦਾ ਕੋਈ ਮੇਰੇ ਕੋਲ ਮੰਗਣ ਵਾਲਾ। ਮੇਰੇ ਦੋਸਤੋ, ਐਸਾ ਟਾਈਮ ਤਹੱਜਦ ਹੈਗਾ ਜੇ ਫਜਰ ਤੋਂ ਪਹਿਲੇਗਾ, ਤੁਸੀਂ ਇਹਨੂੰ ਪੜ੍ਹੋ, 1000 ਦਫ਼ਾ ਪੜ੍ਹਨੀ ਹੈ, ਲਾ ਇਲਾਹਾ ਇਲਾ ਅੰਤਾ ਸੁਬਹਾਨਕਾ ਇੰਨੀ ਕੁੰਤੁ ਮਿਨਜ਼ ਜ਼ਾਲਿਮੀਨ, ਅੱਗੇ ਪਿੱਛੇ ਦਰੂਦ ਵੀ ਪੜ੍ਹੋ, ਫਿਰ ਦੁਆ ਕਰੋ ਅੱਲਾਹ ਤਾਲਾ ਅੱਗੇ ਗਿੜਗੜਾ ਕੇ ਸੱਜੇ ਸਿਰ ਰੱਖ ਲਓ, ਅੱਲਾਹ ਕੇ ਕੋ ਯਾ ਅੱਲਾਹ ਮੇਰੀ ਮੁਸ਼ਕਲ ਟਾਲ ਦੇ। ਮੇਰੇ ਦੋਸਤੋ, ਮੁਸ਼ਕਲ ਤੁਹਾਡੀ ਐਵੇਂ ਟਲੇਗੀ ਜਿਸ ਤਰ੍ਹਾਂ ਮੱਖਣ ਤੋਂ ਬਾਹਰ ਹੀ ਨਿਕਲ ਜਾਂਦਾ, ਐਵੇਂ ਤੁਹਾਡੀ ਮੁਸ਼ਕਲ ਦੂਰ ਹੋ ਜਾਵੇ ਕਰਕੇ। ਇੱਕ ਤਾਂ ਹੋ ਗਿਆ ਤਰੀਕਾਕਾਰ ਦੋਸਤੋ, ਐਗਾ ਜਿਹੜਾ ਆਮ ਬੰਦੇ ਨੂੰ ਮੁਸ਼ਕਲ ਆਉਂਦੀ ਉਹ ਇਹ ਕਰੇ, ਜਿਹੜਾ ਕੋਈ ਇਹਦਾ ਆਮਿਲ ਬਣਨਾ ਚਾਹੁੰਦਾ ਹੈ, ਕੋਈ ਇਹਨੂੰ ਕਰਨਾ ਚਾਹੁੰਦਾ ਹੈ, ਉਹ ਇਹਦਾ 1.25 ਲੱਖ ਇਹਨੂੰ ਪੂਰਾ ਕਰੇ। ਦੋਸਤੋ, ਇਹਨੂੰ 1.25 ਲੱਖ ਪੂਰਾ ਕਰੋਗੇ, ਉਸ ਤੋਂ ਬਾਅਦ ਤੁਸੀਂ ਇਹਨੂੰ ਸਿਰਫ 70 ਦਫ਼ੇ ਪੜ੍ਹ ਲਓ ਕਰੋਗੇ ਨਾ, ਤਾਂ ਤੁਹਾਡਾ ਕੰਮ ਹੋਏਗਾ ਹਰ ਰੋਜ਼। ਜਿਹੜਾ ਤੁਸੀਂ ਪੜ੍ਹਨਾ ਹੈ, ਇਹਨੂੰ 1.25 ਲੱਖ ਪੂਰਾ ਕਰਨਾ। ਮੇਰੇ ਦੋਸਤੋ ਅਤੇ ਮੇਰੇ ਭੈਣ ਭਰਾਓ, ਕੋਈ ਸ਼ਰਤ ਨਹੀਂ, 10 ਸਾਲ ਤੋਂ ਬੱਚਾ ਲੈ ਕੇ 100 ਸਾਲ ਦਾ ਬਾਬਾ ਪੜ੍ਹ ਸਕਦਾ, ਜਵਾਨ ਪੜ੍ਹ ਸਕਦਾ, ਮੇਰੀ ਮਾਂ ਭੈਣ ਕੋਈ ਹੋਵੇ, ਬੱਚੀ ਹੋਵੇ, ਉਹ ਪੜ੍ਹ ਸਕਦੀ ਹੋ, ਬੇਖੌਫ ਹੋਵੇ। ਜਿਹੜੇ ਲੋਕ ਡਰਾਉਂਦੇ ਨਾ, ਉਹਨੇ ਆਪ ਪੜ੍ਹੇ ਨਹੀਂ ਹੁੰਦੇ, ਉਹ ਤਾਂ ਡਰਾਈ ਜਾਂਦੇ ਤੁਹਾਨੂੰ। ਦੋਸਤੋ, ਮੈਂ ਜਿਹੜਾ ਵੀ ਤੁਹਾਨੂੰ ਅਮਲ ਦੱਸਣਾ, ਇਹ ਮੇਰਾ 40 ਸਾਲ ਦਾ ਤਜਰਬੇ ਵਿੱਚ ਹੈਗੀਆਂ ਗੱਲਾਂ, ਸਾਰੇ ਕੀਤੇ ਹੋਏ ਨੇ, ਮੇਰੇ ਸਪੀਚ ਸਟਾਰ ਨੇ ਦੱਸੇ ਹੋਏ ਨੇ, ਅਤੇ ਤੁਹਾਨੂੰ ਮੈਂ ਦੱਸਣਾ। ਤੁਹਾਡੇ 'ਚ ਮੈਂ ਕਹਿੰਦਾ ਖੌਫ ਨਹੀਂ ਖਾਣਾ ਬੱਚੋ, ਲੇਕਿਨ ਉਹ ਛੱਡਣਾ ਵੀ ਨਹੀਂ ਹੈਗਾ ਪੜ੍ਹਾਈ ਨੂੰ। ਹੁਣ ਤੁਹਾਨੂੰ ਮੈਂ ਦੱਸਣ ਲੱਗਾ ਵੀ ਜਦੋਂ ਵੀ ਐਤਕੀ ਨੂੰ 1.25 ਲੱਖ ਕਰਨਾ ਹੈ, 1.25 ਅਸਲ ਇਹਦੀ ਹੱਦ ਹੈਗੀ ਹੈ, 1.25 ਲੱਖ, 1.25 ਲੱਖ ਕਰੋਗੇ ਤਾਂ ਫਿਰ ਬਹੁਤ ਹੀ ਪਾਵਰ ਇਹਦੇ 'ਚ ਹੈਗੀ, ਬਹੁਤ ਹੀ ਹਰ ਕਿਸਮ ਦੀ ਮੁਸ਼ਕਲ ਤੁਹਾਡੀ 1.25 ਲੱਖ ਵਿੱਚ ਖਤਮ ਹੋ ਜਾਂਦੀ ਹੈ। ਮੇਰੇ ਦੋਸਤੋ, ਆਸਾਨ ਤਰੀਕਾ ਹੈ, ਅਸੀਂ ਹੈਗੇ ਦੁਨੀਆਦਾਰ ਬੰਦੇ, ਠੀਕ ਹੈ, ਦੁਨੀਆ ਦੇ ਕੰਮ ਵੀ ਕਰਨੇ ਨੇ,
और बच्चे भी पाल लेने और दीन भी रखना दुनिया भी रखनी है। इसलिए दोस्तों तुम मैं बड़ा आसान तरीका दसना यदा तुम एक टाइम रख लो पहले तुम वजीफे दसते सारे ठीक है जो तुम दुश्मन का खौफ हो कि हर मुश्किल दूर होगी ढी इसमें आजम है बहुत बड़ा हजरत यूनुस अलैहिस्सलाम की दुआ हैगी है। देखो मछली के पेड़ चो उन्होंने मच्छी अपने आप बर्दाश्त नहीं कर सकी उन्होंने पढ़ाई की अली मछली उन्होंने गलिश्ता बहर गलश लिया गलश दिता उन्होंने ठीक है पेट नहीं रख सकी ऐसी पावर वाली हैगी जो वजीफा है जो दोस्तों तक मैं दस रहा तो तुम दस पिछले वजीफा जो भी हूँ मैं तुम दस रहा सवा लख किस तरह पूरा करना जिन्हों कर शौक है वो लिए हैगी जी दोस्तों इशा तो बाद 11 दफा दोषी पढ़ो जरा तुम्हें याद है गुरु इब्राहिम पढ़ लो गुरु के खिदरी पढ़ लो दरूद जरा भी याद दरूद पढ़ो जरूर और उस तो बाद 3,125 दफा इशा की नमाज पढ़ के हर रोज़ पढ़ना जी हर रोज़ पढ़ना है बोधा दिन रख लो जुमे रात का दिन रख लो जुमे दिन रख लो तिना दिन जो माही बड़ा दिल दिल करता उस दिन तो शुरू कर लो फिर तुम पूछो बाबा जुमे रात फोन करिए या कि दिन करना चाहिए दोस्तों प्यारे बच्चों तब मैं दसदा बुध जुमे रात जुमा ए तीन दिन है तो को जोड़ा दिन बड़ा दिल करता जी ना उस दिन शुरू कर लो इनू उस तो बाद इशा तो बाद नमाज पढ़ के उस बाद मेरे दोस्तों मेरे प्यारे बच्चों इनू दोषी पढ़ के 11 दफा 3,125 दफा पढ़ना है और 40 दिन ता सवा लख बड़े आराम न 100 गल एक गल बड़े आराम न बड़े प्यार करीमा थोड़ी हैगी गर्म पढ़ाई इस तस्वीर गर्म होती लोग डर जाते हैं कहते बाबा जी साढ़े मोढ़े तो फड़े जाते हैं इतों साढ़े ए सू गर्मी लगनी शुरू हो जाती है मेरे दोस्तों सिर्फ एक दो दिन होंगे उस तो बाद बंदे दे जिस्म रख जाता है जिस्म पढ़ाई रखी जाती फिर कुछ नहीं होता 3,125 दफा पढ़ने 40 दिन दोस्तों पूरा ढा सवा लख तकरीबन हो जाएगा उस तो बाद इनू अपनी पढ़ाई से काबू रखना से इस अमल को काबू रखना से मेरे दोस्तों 70 दफा इनू लाजमन पढ़ो हर रोज़ जोड़ा भी तुम टाइम लगता उस तो बाद शाह टाइम पढ़ना पढ़ लो जोहर टाइम पढ़ना पढ़ लो फजर टाइम पढ़ना पढ़ो असर बाद पढ़ना पढ़ो जरूर इन 70 दफा ऐत करीबन पढ़ना हर यदि ढी मुश्किल दूर होती रहेगी हर परेशानी दूर होती रहेगी तुम कह तो बगैर ढी परेशानी दूर होगी ऐसा हैगी दुआ हैगी है कह तो बगैर अल्लाह तला बंदे तमन्ना भी पूरी करता है और गुनाह भी माफ करता है और मैं कहना थोड़ू बागो बाग हो जाना जो कहते हैं दिल भी खुश होता है दिमाग भी यार तरोताजा रहता बंदे का दोस्तों अगर कोई बीमार है बंदा वो नहीं बीमारी जा रही किसी किस्म की बीमारी हो गई नहीं जानी कि मेरे दोस्तों एह ऐत करीमा ऐसे ऐत करीमे तुसी 40 दफा पानी लवो आबे जामन पानी ले लो बारिश का पानी ले लो या आम टूटी का ताज़ा पानी लैके 40 दफा वो पढ़ो ला इलाहा इल्ला अंता सुबहानका इन्नी कुंतु मिनज़ ज़ालिमीन ला इलाहा इल्ला अंता सुबहानका इन्नी कुंतु मिनज़ ज़ालिमीन दोस्तों 40 दफा पढ़ के 3-3 दफा दोषी पढ़ो पानी तो फूक मारो जो मरीज सामने बैठा उन्होंने फूक मार दो मेरे दोस्तों उन्होंने पानी पियाओ फिर उस तो बाद ऐत करीमे का कमाल देखो ये करिश्मे देखो तुम पता लगे ऐत करीमा की शायद है कि पावर वाली शायद दोस्तों ऐत करीमे पढ़ने वाले पीर बन गए मेरे अपने पीर साहब से वो हर रोज़ ऐत करीमे 3,000 दफा पढ़ते थे उन्होंने अमल हों हर रोज़ उन्होंने 40 साल बल्कि 62 साल तक उन्होंने पढ़िया है 62 साल उन्हें ऐत करीमा पढ़िया है 3,000 दफा पढ़ते थे ना कटते थे ना वधते थे दोस्तों 1,25,000 कर लो मैं कहना उस तो बाद सिर्फ इन 70 दफा पढ़ते रहोगे तुम्हारी हर मुश्किल दूर होगी हर परेशानी दूर होएगी फिर दोस्तों हूँ तक मैं ऐत करीमा पढ़ने का तरीका भी दसदा है ये कोल काम लैन का तरीका दसदा है और मेरे दोस्तों मेरे प्यारे बच्चों तुम मैं फिर तुम कह रहा कि जो तुम इस्तगारा कराना हो तो मैं तुम बार बार कहना अपना ना
अपनी वादा का नाम, अपने शहर का नाम, अपने मूर्ख का नाम यह जरूर दस्या करो। तो दोस्तों हम वीडियो तो मैं तुम्हें दस दी हर वजीफा दस, हम इस वीडियो सबसक्राइब भी करो, लाइक करो, शेयर भी करो। तो फिर अस्सलामुअलैकुम।